ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ। ਮੈਂ ਤੁਹਾਡਾ ਆਪਣਾ ਮਨੀ ਸਿੰਘ, ਅਤੇ ਪੇਜ ਨੂੰ ਤੁਸੀਂ ਸਾਰੇ ਜਾਣੇ ਬਹੁਤ ਪਿਆਰ ਕਰਦੇ ਹੋ, 2% ਵਾਲੇ ਪੇਜ ਨੂੰ ਤੁਸੀਂ ਦੱਬ ਕੇ ਲਾਈਕ ਕਰਿਓ। ਅਤੇ ਅੱਜ ਦੀ ਸਾਡੀ ਜਿਹੜੀ ਵੀਡੀਓ ਹੈ, ਪਹਿਲਾਂ ਸੋਰੀ ਮੈਂ ਇਹ ਦੱਸ ਦੇਵਾਂ, ਮੇਰੇ ਨਾਲ ਹਰਪ੍ਰੀਤ ਬਾਈ, ਗਜਨੀ ਬਾਈ, ਅਤੇ ਜਿਵੇਂ ਕਿ ਮੈਂ ਨਿਊਜ਼ੀਲੈਂਡ ਆ ਚੁੱਕਾ ਅਤੇ ਭਾਜੀ ਹੋਰੀ ਲੈ ਕੇ ਚੱਲੇ ਹਾਂ ਮੈਨੂੰ ਘੁਮਾਉਣ। ਅਤੇ ਅਸੀਂ ਇਸ ਟਾਈਮ ਹੈਗੇ ਹਾਂ ਹੌਕਸ ਬੇ ਦੇ ਵਿੱਚ, ਹੇਸਟਿੰਗ ਜਾ ਰਹੇ ਹਾਂ। ਅਤੇ ਤੁਹਾਨੂੰ ਅੱਜ ਦਿਖਾਉਂਦੇ ਹਾਂ ਅਸੀਂ ਜਿੱਦਾਂ ਇੰਡੀਆ ਦੇ ਵਿੱਚ ਦਵਾਈਆਂ ਲੈਣ ਜਾਂਦੇ ਹਾਂ, ਹੈ ਨਾ। ਦਿਖਾਉਂਦੇ ਵਿੱਚ ਕੀ ਕੁਛ ਮਿਲਦਾ, ਤੇ ਮਤਲਬ ਕਿ ਇੱਕ ਇੰਨੀ ਐਕਸਾਈਟਿੰਗ ਚੀਜ਼ ਆ ਉਹਦੇ ਚ, ਜਿਹੜੀ ਚੀਜ਼ ਆਪਣੇ 10-10, 20-20 ਹਜ਼ਾਰ ਦੀ ਨੋਰਮਲ ਦੁਕਾਨ 'ਤੇ ਨਹੀਂ ਮਿਲਦੀ, ਵੱਡੇ ਵੱਡੇ ਬ੍ਰਾਂਡ, ਵੱਡੇ ਵੱਡੇ ਸਟੋਰਾਂ 'ਚ ਮਿਲਦੀ ਹੈ, ਬ੍ਰਾਂਡਡ ਸਟੋਰਾਂ 'ਚ, ਉਹ ਇੱਥੇ ਨੋਰਮਲ ਚੀਜ਼ ਆਮ ਪਈ ਹੈ। ਅਤੇ ਆਜੋ ਫਿਰ ਤੁਹਾਨੂੰ ਦਿਖਾਈਏ, ਅਗਲਾ ਮਾੜਾ ਦਿਖਾਓ ਵਿਊ, ਨਾਲੇ ਵਿਊ ਦੇਖੋ ਤੁਸੀਂ ਸਾਡੀ ਰੋਡ ਦਾ। ਇੱਥੇ ਇੱਥੇ ਲੋਕ ਬਹੁਤ ਹੀ ਠੰਮੇ ਵਾਲੇ ਆ, ਬਹੁਤ ਹੀ ਠੰਮੇ ਵਾਲੇ। ਇੱਥੇ ਰੋਡ 'ਤੇ ਡਿਵਾਈਡਰ ਨਹੀਂ ਹੁੰਦੇ, ਸਿਰਫ ਲਾਈਨਾਂ ਹੁੰਦੀਆਂ ਨੇ। ਅਤੇ ਇਹ ਨਹੀਂ ਮਜ਼ਾਲ ਕਿਸੇ ਦੀ ਵੀ, ਆਪਣੇ ਤਾਂ ਡਿਵਾਈਡਰ ਵੀ ਟੱਪ ਜਾਂਦੇ ਆ, ਇੱਥੇ ਲੈਣਾ ਨਹੀਂ ਟੱਪਦਾ ਕੋਈ। ਪਰਲੇ ਪਾਸੇ ਜਾਣ ਲਈ ਬਿਲਕੁਲ ਸਹੀ ਹੈ ਜੀ। ਤੇ ਪੁਲਿਸ ਤਾਂ ਬਹੁਤ ਘੱਟ ਆ, ਪਰ ਰੂਲ ਨੂੰ ਫੋਲੋ ਲੋਕ ਇੰਨਾ ਕੁ ਕਰਦੇ ਆ, ਮੈਂ ਖੁਦ ਦੇਖ ਕੇ ਹੈਰਾਨ ਆ ਵੀ ਯਾਰ ਇੰਨਾ ਰੂਲ ਫੋਲੋ ਕਰਦੇ ਆ ਲੋਕ ਇੱਥੇ। ਪਰ ਰੂਲ ਵਾਲੀ ਗੱਲ ਤਾਂ ਬਈ ਬਹੁਤ ਵਧੀਆ ਲੱਗੀ ਮੈਨੂੰ ਵੀ, ਕਿ ਇੱਥੇ ਜਿੰਨੀ ਗੱਡੀਆਂ ਚੱਲਦੀਆਂ ਸਾਰੇ ਰੂਲ ਨਾਲ ਚੱਲਦੇ। ਹਾਂ, ਤੁਸੀਂ ਸਾਈਨ ਦੇ ਸਕਦੇ ਆ, ਇਹ 100 ਦਾ ਸਾਈਨ ਲੱਗਿਆ ਕਿ ਜਿਹੜੀ ਆਪਣੀ ਮੋਟਰਵੇ ਦੇ ਉੱਤੇ, ਹਾਈਵੇ ਦੇ ਉੱਤੇ ਗੱਡੀ ਨੇ ਚੱਲਣਾ, ਉਹ 100 ਮੈਕਸੀਮਮ ਸਪੀਡ ਆ, 100 ਤੋਂ ਉੱਪਰ ਨਹੀਂ ਜਾ ਸਕਦਾ ਕੋਈ। ਆ ਲੈਣਾ ਜੀ, ਲੈਣਾ ਆ ਗਿਆ ਕੱਲੀਆਂ, ਦੇਖੋ ਪੀਲੀ ਲੈਣਾ, ਡੇਂਜਰਸ ਲੈਣਾ, ਇਹਨੂੰ ਕੱਟ ਕਰਕੇ ਆਪਾਂ ਉੱਧਰ ਨਹੀਂ ਜਾ ਸਕਦੇ, ਨਾ ਓਵਰਟੇਕ ਕਰ ਸਕਦੇ ਆ, ਕੋਈ ਡਿਵਾਈਡਰ ਨਹੀਂਗਾ, ਇਹ ਸਿਰਫ ਜਸਟ ਇੱਕ ਪੁਲ ਹੈ। ਪਰ ਅੱਗੇ ਨੋਰਮਲ ਰੋਡਾਂ 'ਤੇ ਵੀ ਇਹ ਲਾਈਨਾਂ ਹੁੰਦੀਆਂ ਨੇ, ਸਭ ਥਾਂ 'ਤੇ ਤਾਰ ਨਹੀਂ ਹੁੰਦੀ, ਅਤੇ ਇਹਨੂੰ ਟੱਚ ਕਰਕੇ ਕੋਈ ਦੂਸਰੇ ਪਾਸੇ ਨਹੀਂ ਜਾਊਗਾ। ਲੋਕਾਂ 'ਚ ਇੰਨਾ ਡਰ ਹੈ, ਲੋਕਾਂ 'ਚ ਕਾਨੂੰਨ ਦਾ ਖੌਫ ਹੈ, ਗੱਡੀ ਮਗਰ ਗੱਡੀ ਹੋਊਗੀ, ਕੋਈ ਓਵਰਟੇਕ ਨਹੀਂ ਕਰ ਸਕਦਾ ਮੋਟਰਵੇ ਦੇ ਉੱਤੇ। ਓਵਰਟੇਕ ਕਰਨ ਵਾਸਤੇ ਅੱਡ ਅੱਡ ਜ਼ੋਨ ਬਣੇ ਹੋਏ ਆ, ਅੱਡ ਅੱਡ ਲਾਈਨਾਂ ਆਉਣਗੀਆਂ ਅੱਗੇ, ਬਟ ਹੁਣ ਤੁਹਾਨੂੰ ਸਿੰਗਲ ਲਾਈਨ ਦੇ ਵਿੱਚ ਹੀ ਜਾਣਾ ਪੈਣਾ। ਮੈਂ ਟ੍ਰੇਲਰ ਚਲਾਉਂਦਾ ਰਾਤ ਨੂੰ ਨਾ, ਕਈ ਵਾਰੀ ਮੇਰੇ ਪਿੱਛੇ ਨਾ, ਮਤਲਬ ਟ੍ਰੇਲਰ ਦੀ ਸਪੀਡ 90 ਦੀ ਹੈ, ਅਤੇ ਮੇਰੇ ਪਿੱਛੇ ਕਈ ਵਾਰੀ 8-10 ਕਾਰਾਂ ਲੱਗੀਆਂ ਹੁੰਦੀਆਂ ਨੇ, ਜਿੰਨਾ ਚਿਰ ਉਹ ਗਿਵ ਵੇ ਨਹੀਂ ਆਉਂਦਾ ਹੈਗਾ ਜਾਂ ਰੋਡ ਚੌੜਾ ਨਹੀਂ ਹੁੰਦਾ, ਉਹਨੂੰ ਲੰਘਣ ਨੂੰ ਪਾਸ ਨਹੀਂ ਬਣਦਾ, ਉਹ 30-40 ਕਿਲੋਮੀਟਰ ਤੱਕ ਮੇਰੇ ਪਿੱਛੇ ਆਈ ਜਾਂਦੇ ਆ। ਮੈਂ ਸੋਚਦਾ, ਮੈਂ ਕਈ ਵਾਰ ਇੰਡੀਕੇਟਰ ਦਿੰਦਾ ਲੰਘ ਜਾਓ ਯਾਰ, ਜਿਵੇਂ ਆਪਣੇ ਆਪ ਦੇ ਵਿੱਚ ਯਾਰ ਲੰਘ ਜਾਓ, ਕਿਉਂ ਭੀੜ ਲਾਈ ਹੈ, ਇੰਡੀਕੇਟਰ ਦਈਦਾ ਬਥੇਰਾ, ਬਿਲਕੁਲ ਨਹੀਂ ਜਾਂਦੇ ਹੈਗੇ ਲੋਕ। ਜਿੰਨਾ ਚਿਰ ਉਹਨਾਂ ਨੂੰ ਆਪਦਾ ਵੇ ਨਹੀਂ ਮਿਲਦਾ, ਕਹਿੰਦਾ 2 ਲਾਈਨਾਂ ਨਹੀਂ ਮਿਲਦੀਆਂ ਓਵਰਟੇਕ ਕਰਨ ਲਈ, ਉਹਨਾਂ ਚਿਰ ਉਹ ਓਵਰਟੇਕ ਨਹੀਂ ਕਰਦੇ ਹੈਗੇ ਲੋਕ ਇੱਥੋਂ ਦੇ। ਬਿਲਕੁਲ ਸਹੀ ਆ ਬਾਈ, ਬਿਲਕੁਲ ਸਹੀ ਗੱਲ ਆ। ਦੇਖੋ ਜੀ, ਰਾਊਂਡ ਅਬਾਊਟ ਆ ਗਿਆ ਸਾਹਮਣੇ, ਤੇ ਆਪਾਂ ਜੇ ਖੱਬੇ ਜਾਣਾ ਤਾਂ ਆਪਾਂ ਖੱਬੇ ਮੁੜ ਸਕਦੇ ਹਾਂ, ਪਰ ਬਾਈ ਆਪਾਂ ਸਿੱਧਾ ਜਾਣਾ, ਆਪਾਂ ਸਿੱਧਾ ਜਾਣਾ ਤਾਂ ਆਪਾਂ ਆਪਣੀ ਲੈਫਟ ਵਾਲੀ ਲੇਨ ਦੇ ਵਿੱਚ ਪਾ ਲਿਆ। ਇੱਥੇ ਰੂਲ ਹੈ ਕਿ ਰਾਈਟ ਸਾਈਡ ਆਪਾਂ ਸਿਰਫ ਦੇਖਣਾ, ਲੈਫਟ ਹੈਂਡ ਸਾਈਡ ਨਹੀਂ ਦੇਖਣਾ। ਆਹ ਦੇਖੋ, ਗੱਡੀ ਸਾਡੇ ਨਾਲ ਹੀ ਖੂਰ ਆ ਗਈ, ਆ ਦੇਖੋ, ਉਹ ਖੜ ਗਈ, ਇਹ ਆਹ ਖੜ ਗਈ, ਦੇਖੋ ਆਪੇ ਹੀ, ਅਸੀਂ ਆਪਣਾ ਜਾਣਾ ਬਸ। ਆਹ 2 ਲੇਨਸ ਹੈ, ਜਿੰਨੇ ਇੱਧਰੋਂ ਜਾਣਾ ਰਾਈਟ ਤੋਂ ਫਟਾਫਟ ਓਵਰਟੇਕ ਕਰ ਸਕਦਾ, ਨਾਲ ਹੀ ਸਿੰਗਲ ਲੇਨ ਹੋ ਗਈ, ਇੱਥੇ ਆਪਾਂ ਫਿਰ ਇੰਡੀਕੇਟਰ ਲਾ ਕੇ ਰਾਈਟ ਦਾ ਅੰਦਰ ਹੋ ਗਏ ਨੇ। ਬਸ ਠੀਕ ਹੈ ਜੀ, ਮਿਲਦੇ ਹਾਂ ਹੁਣ ਤੁਹਾਨੂੰ ਵੇਅਰ ਹਾਊਸ ਜਾ ਕੇ। ਥੈਂਕ ਯੂ। ਅਤੇ ਆਹ ਦੇਖ ਲਓ ਜੀ, ਆਪਾਂ ਹੁਣ ਹੇਸਟਿੰਗ ਪਹੁੰਚ ਚੁੱਕੇ ਹਾਂ। ਹੇਸਟਿੰਗ ਯਾਨੀ ਕਿ ਪੰਜਾਬੀਆਂ ਦਾ ਗੜ੍ਹ।
ਇੱਥੇ ਆਪਣੇ ਸਾਰੇ ਪੰਜਾਬੀ ਆ ਤੇ ਆਪਾਂ ਸਿਗਨਲ ਤੇ ਖੜੇ ਆ। ਇਹਦਾ ਕਮਰ ਗਰੇਵਾਲ ਨੇ ਇੱਕ ਗੀਤ ਆਉਂਦਾ ਉਹਦੇ ਵਿੱਚ ਜ਼ਿਕਰ ਵੀ ਕੀਤਾ, ਕਿਉਂਕਿ ਇੱਥੇ ਨਿਊਜ਼ੀਲੈਂਡ ਵਿੱਚ ਸਭ ਤੋਂ ਜ਼ਿਆਦਾ ਕੀਵੀ ਤੇ ਸੇਬ ਦਾ ਜਿਹੜਾ ਫਾਰਮਿੰਗ ਜ਼ਿਆਦਾ ਇੱਥੇ ਹੁੰਦੀ ਹੈ, ਪੰਜਾਬੀਆਂ ਦੇ ਇੱਥੇ ਹਜ਼ਾਰਾਂ ਹਜ਼ਾਰਾਂ ਏਕੜ ਦੇ ਫਾਰਮ ਨੇ। ਤੇ ਆਹ ਦੇਖੋ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਡਿਵਾਈਡਰ ਨਹੀਂ ਹੁੰਦਾ ਕੋਈ, ਮੇਨ ਸਿਟੀ ਵਿੱਚ ਸਿਰਫ ਲਾਈਨ ਹੈ ਬੰਦਿਆਂ ਨੂੰ ਆਉਂਦੇ ਨਾ ਲੈਣ ਦੇ ਵਿੱਚ ਆਹ ਇੱਕ ਲਾਈਨ ਤੋਂ ਬਾਹਰ ਪਾਰਕ ਕਰੀਆਂ ਗੱਡੀਆਂ, ਜਿੱਥੇ ਕੱਟ ਹੈ ਉੱਥੇ ਹੀ ਐਂਟਰ ਕਰਿਆ ਉਹਨੇ ਬੰਦੇ ਨੇ। ਉਹ ਦੇਖੋ ਗੱਡੀਆਂ ਲਾਈਨਾਂ 'ਚ ਆਉਣਗੀਆਂ, ਲਾਈਨਾਂ ਵਿੱਚ ਹੀ ਪਾਰਕ ਕਰੀਆਂ ਨੇ। ਆਪਣਾ ਉਹਨੇ ਹੈਗਾ ਵੀ ਜਿੱਥੇ ਜੀ ਕਰਿਆ ਪਾਰਕ ਕਰ ਦਿਓ, ਜਾਂ ਗ੍ਰੀਨ ਲਾਈਨ ਤੁਸੀਂ ਦੇਖ ਰਹੇ ਹੋ ਨਾ ਸੈਂਟਰ 'ਚ ਨਾਲ ਲੈਫਟ ਦੇ, ਇੱਥੇ ਕੋਈ ਗੱਡੀ ਨਾ ਚਲਾ ਸਕਦਾ ਅਤੇ ਨਾ ਹੀ ਪਾਰਕ ਕਰ ਸਕਦਾ, ਅਦਰਵਾਈਜ਼ ਬਹੁਤ ਵੱਡਾ ਇੱਥੇ ਫਾਈਨ ਹੈ। ਮਾਮੇ ਹੁਣੀ ਲੰਘ ਗਏ ਆ, ਪੁਲਿਸ ਵਾਲੇ ਵੀ ਬਹੁਤ ਸ਼ਰੀਫ ਨੇ ਯਾਰ। ਇੱਥੇ ਮੇਰੀ ਗੱਡੀ ਦਾ ਨਾ ਇੱਕ ਵਾਰੀ ਉਹ ਪ੍ਰੈਸ਼ਰ ਬੈਲਟ ਟੁੱਟ ਗਈ, ਪੁਲਿਸ ਵਾਲਾ ਸਾਨੂੰ ਆਪ ਲੱਭ ਕੇ ਸਿਕਿਉਰਿਟੀ ਡਰਾਈਵਰ ਲੈ ਕੇ ਆ, ਬੈਟਰੀ ਲੈ ਕੇ ਕੋਲੇ ਖੜਾ ਸੀ, ਉਹਨੇ ਸੇਫਟੀ ਦਿੱਤੀ ਸਾਨੂੰ। ਅੱਛਾ, ਰਾਤ ਦਾ ਟਾਈਮ ਸੀਗਾ, ਉਹ ਪ੍ਰੈਸ਼ਰ ਬੈਲਟ ਟੁੱਟ ਗਈ, ਟ੍ਰੇਲਰ ਰੁਕ ਗਿਆ, ਮੈਂ ਜਦੋਂ ਇੰਡੀਕੇਟਰ ਲਾਇਆ ਨਾ ਚਾਰੇ ਉਹ ਨਾਲ ਦੇ ਨਾਲ ਹੀ ਕੁਦਰਤੀ ਆ ਰਿਹਾ ਸੀ, ਉੱਥੇ ਘੁੰਮ ਰਿਹਾ ਸੀਗਾ। ਅੱਛਾ ਜੀ, ਤੇ ਆਪਾਂ ਰਾਈਡ ਆਉਣਾ ਇੱਥੋਂ? ਨਹੀਂ ਜੀ, ਆਪਾਂ ਸਿੱਧਾ ਜਾਣਾ ਜੀ। ਤੇ ਉਹ ਘੁੰਮ ਰਿਹਾ ਸੀ, ਉਹਨੇ ਦੇਖਿਆ ਮੈਨੂੰ, ਕਹਿੰਦਾ ਕੀ ਹੋਇਆ? ਮੈਂ ਵੀ ਪ੍ਰੈਸ਼ਰ ਬੈਲਟ ਟੁੱਟ ਗਈ। ਹਾਂ, ਕਹਿੰਦਾ ਹੈਲਪ ਚਾਹੀਦੀ ਕੋਈ? ਮੈਂ ਹੈਲਪ ਮੰਗੀ ਆ, ਕੋਈ ਪੁੱਛ ਲੈਂਦੇ। ਮੈਂ ਯਾਰ ਸਕਰੂ ਡਰਾਈਵਰ ਹੀ ਹੈ ਮੇਰੇ ਕੋਲ, ਉਹ ਨਾਲ ਦੇ ਨਾਲ ਗਿਆ, ਕਹਿੰਦਾ ਵੇਟ ਕਰ। ਮੈਂ ਕਹਿੰਦਾ 5 ਮਿੰਟ ਮੋੜਾ ਸਕਰੂ ਡਰਾਈਵਰ ਲੈ ਕੇ, ਮੈਨੂੰ ਕਹਿੰਦਾ ਆਹ ਸਕਰੂ ਡਰਾਈਵਰ ਸਾਰੇ ਟੂਲ ਚੱਕੀ ਆਵੇ। ਕੀ ਬਾਤ ਹੈ ਜੀ, ਦੇਖ ਲਓ। ਤੇ ਉਹ ਟੂਲ ਚੱਕ ਕੇ ਲਿਆ, ਮੈਂ ਕਹਿੰਦਾ ਉਹਨਾਂ ਚਿਰ ਉਹਨੇ ਗੱਡੀ ਸਾਈਡ ਤੇ ਲਾ ਕੇ ਮੈਨੂੰ ਸੇਫਟੀ ਦਿੱਤੀ ਵੀ ਪਿੱਛੋਂ ਕੋਈ ਠੱਕ ਨਾ ਟੱਚ ਨਾ ਕਰ ਜੇ ਤੈਨੂੰ। ਮੈਂ ਕਹਿੰਦਾ ਬੜਾ ਵਧੀਆ ਇੱਥੇ ਯਾਰ ਨਿਜ਼ਾਮ ਪੁਲਿਸ ਦਾ, ਬਹੁਤ ਵਧੀਆ, ਬਹੁਤ ਵਧੀਆ ਗੱਲਬਾਤ ਹੈ ਜੀ ਇਹ। ਤੇ ਆਹ ਦੇਖੋ ਜੀ, ਆਪਾਂ ਹੁਣ ਨੇੜੇ ਹੀ ਆ, ਪਹੁੰਚਣ ਵਾਲੇ ਆ। ਤੁਹਾਨੂੰ ਐਂਟਰੀ ਦਿਖਾਉਂਦੇ ਆ ਵੇਅਰ ਹਾਊਸ ਦੀ। ਗੱਡੀ ਦੀ ਪਾਰਕਿੰਗ ਦੇਖੋ ਪਹਿਲਾਂ, ਕੋਈ ਗੱਡੀ ਤੁਹਾਨੂੰ ਪੱਟੀ ਤੋਂ ਬਾਹਰ ਨਹੀਂ ਦਿਖੂਗੀ, ਮਤਲਬ ਕਿ ਡੰਗਰਾਂ ਨੂੰ ਪਾਰਕ ਹੈ ਨਹੀਂ ਕਿਸੇ ਦੀ, ਬੰਦਿਆਂ ਨੂੰ ਪਾਰਕ ਲਾਈ ਹੋਈ ਸਭ ਨੇ। ਸਿਟੀ ਵਿੱਚ ਸਪੀਡ 50 ਦੀ ਹੈ, 50 ਤੋਂ ਉੱਪਰ ਜਾਵਾਂਗੇ ਤਾਂ ਪੜਾਕੇ ਪੈਣੇ ਹੀ ਪੈਣੇ ਆ, 50 ਤੋਂ ਥੱਲੇ ਰੱਖੋ ਬੈਟਰ ਹੈ। ਸਿੱਧਾ ਜਾਣਾ ਜੀ ਆਪਾਂ, ਲਓ ਜੀ ਇੱਥੇ ਪੀਲੀ ਲੈਣ ਵਿੱਚ ਦੀ ਆਪਾਂ ਗੱਡੀ ਕੱਢ ਸਕਦੇ ਹਾਂ, ਪਰ ਲਾਲ ਹੋ ਗਈ ਆਪਣੀ, ਆਪਾਂ ਨੂੰ ਰੁਕਣਾ ਪੈਣਾ। ਲਓ ਜੀ ਅਸੀਂ ਪਹੁੰਚ ਗਏ ਹਾਂ ਕੈਮਿਸਟ ਵੇਅਰ ਹਾਊਸ। ਆਹ ਦੇਖੋ ਜੀ, ਤੁਹਾਨੂੰ ਦਿਖਾਉਂਦੇ ਹਾਂ ਉਹਦੀ ਐਂਟਰੀ। ਬੀਬੀ ਮਗਰ ਦੇਖ ਲੈ, ਉਹ ਪਿਆ ਖੱਟੇ ਰੰਗ ਦਾ, ਜਿਹੜਾ ਖੱਟੇ ਰੰਗ ਦਾ ਇਹ ਹੈਗਾ ਜੀ। ਆ ਤੁਸੀਂ ਪੜ ਸਕਦੇ ਆ ਕੈਮਿਸਟ ਵੇਅਰ ਹਾਊਸ। ਗੱਡੀ ਪਾਰਕ ਕਰੀਏ ਪਹਿਲਾਂ, ਜਗ੍ਹਾ ਦੇਖੀ ਕਿਤੇ ਹੈਗੀ ਜਗ੍ਹਾ, ਪਾਰਕਿੰਗ ਲਾਓ ਜੀ, ਜਗ੍ਹਾ ਹੋ ਰਹੀ ਸਾਹਮਣੇ ਜੀ। ਓਡੀ 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 ਟੀ ਦੇ ਨਾਲ ਲੈ ਬਈ, ਲਓ ਜੀ ਗਈ ਨੀ ਦੀਦੀ ਗੱਡੀ ਲਾ ਲਈ ਆ ਇੱਥੇ, ਤੇ ਹੁਣ ਚੱਲੀਏ ਸ਼ੋਪਿੰਗ ਕਰਨ। ਯੋ ਮੈਨ, ਲਓ ਜੀ ਅਸੀਂ ਪਹੁੰਚ ਗਏ ਆਪਣੇ ਕੰਮ ਦਾ ਪਰਫਿਊਮ ਹੈਗਾ ਇੱਥੇ, ਦਿਖਾਉਂਦੇ ਹਾਂ ਤੁਹਾਨੂੰ ਅੱਗੇ। ਭਾਅ ਜੀ ਚੈੱਕ ਕਰਦੇ ਹੋਏ ਆਪਣੇ ਘਰਦਿਆਂ ਵਾਸਤੇ ਪਰਫਿਊਮ, ਭਾਅ ਜੀ ਆਇਆ ਕੋਈ ਪਸੰਦ? ਦੇਖਿਆ 1 million ਵਾਲਾ। ਹਾਂ ਯੈਸ, ਟੂ ਟ੍ਰਾਈ ਔਰ ਟੂ ਪਿਚਸ, ਕਰੀਏ ਕਰੀਏ ਕਰੀਏ।
So you pay 119. Okay. Yeah, there's a different side. Ah. Oh, yeah. All right, then this will be up at the counter when you get there. Okay. No worries. You just ask for it. ਸੋ ਭਾਅ ਜੀ ਨੇ ਬਾਈ ਕੀਤੇ ਆ ਆਹ ਦੋ ਪਰਫਿਊਮ ਭਾਈ ਕੀ ਕੀਤਾ ਇੱਕ ਤਾਂ 1 ਮਿਲੀਅਨ ਹੈ ਤੇ ਇੱਕ ਆਲ ਬਲੈਕਸ ਹੈ ਸਿੰਪਲ ਜਿਹਾ ਨਾਰਮਲ ਜਿਹਾ ਗੱਡੀ 'ਚ ਰੱਖਣਾ ਯਾਰੇ ਤਾਂ ਆਪਦੀ ਨੇ 1 ਮਿਲੀਅਨ ਤਾਂ ਬਾਈ ਮੇਰਾ ਵੀ ਫੇਵਰੇਟ ਪਰਫਿਊਮ ਆ ਮੇਰੇ ਲਈ ਕਿੱਥੇ ਆ ਇਹ ਦੱਸੋ ਤੇਰਾ ਵੀ ਆਜੂਗਾ ਕੋਈ ਗੱਲ ਨਹੀਂ ਠੀਕ ਮਿਲਿਆ ਯਾਰ 120 ਰੁਪਈਆ ਲਾਤਾ $134 ਉਹ ਕੀ ਬਾਤ ਹੈ ਇਹ ਆ ਗਿਆ ਮੈਡੀਕਲ ਸਟੋਰ ਜਿੱਥੇ ਸਾਰੀਆਂ ਦਵਾਈਆਂ ਵਗੈਰਾ ਮਿਲਦੀਆਂ ਨੇ ਆ ਮੱਛੀਆਂ ਦੇ ਪਏ ਆ ਕੈਪਸੂਲ ਯੈਸ ਮਤਲਬ ਇੱਥੇ ਤੁਹਾਨੂੰ ਰੱਖਣ ਦੇ ਨਾਲ ਮੈਡੀਸਨ ਹੋਈ ਤੇਲ ਹੋਏ ਕੋਸਮੈਟਿਕ ਹੋਈ ਹਰ ਤਰ੍ਹਾਂ ਦੀ ਵਿਟਾਮਿਨ ਸੀ ਦੇ ਕੈਪਸੂਲ ਹੋਏ ਬਹੁਤ ਤਰ੍ਹਾਂ ਦੀ ਚੀਜ਼ ਮਿਲਣੀ ਹੈ ਯਾਰ ਇੱਥੇ ਬਹੁਤ ਕੁਛ ਹੈ ਭਾਈ ਯਾਰ ਕੈਮਿਸਟ ਦਾ ਕੈਮਿਸਟ ਮਿਲਣਾ ਹਾਂ ਇੱਥੇ ਬੀਰਾ ਵੀ ਮਿਲ ਜਾਂਦੀ ਅੰਦਰ ਲੱਗਿਆ ਯਾਰ ਅੰਦਰ ਮੈਂ ਜਾਗ ਨਹੀਂ ਕਰਦਾ ਪਰ ਪਤੇ ਦੀ ਗੱਲ ਤਾਂ ਹੁਣ ਕਰੀ ਹੈ ਮੈਂ ਵਿਸਕੀ ਨਹੀਂ ਕਹਿੰਦੇ ਬੀਰਾ ਆਉਂਦੀਆਂ ਨੇ ਅੱਛਾ ਉਹ ਪਰਲੇ ਪਾਸੇ ਬੰਜਾਂ ਨੇ ਆਓ ਫਿਰ ਮਾੜਾ ਜਿਹਾ ਦੇਖ ਨਹੀਂ ਪਹਿਲਾਂ ਹੁਣ ਲੱਗਿਆ ਇੰਜੈਕਸ਼ਨ ਆ ਜੀ ਬਹੁਤ ਵਧੀਆ ਬਾਈ ਲਓ ਜੀ ਅਸੀਂ ਸਮਾਨ ਲੈ ਕੇ ਆਪਣਾ ਤੇ ਨਿਕਲ ਗਏ ਹਾਂ ਵਾਪਸੀ ਨੇਪੀਅਰ ਨੂੰ ਜਿੱਥੇ ਅਸੀਂ ਰਹਿੰਦੇ ਹਾਂ ਆਹ ਹੈਗਾ ਹੇਸਟਿੰਗ ਸਿਟੀ ਪਹਿਲਾਂ ਵੀ ਤੁਹਾਨੂੰ ਦਿਖਾਈ ਸੀਗੀ ਇੱਕ ਵਾਰੀ ਹੋਰ ਤੇ ਭਾਅ ਜੀ ਨੇ ਬਾਏ ਕਰ ਲਿਆ ਪਰਫਿਊਮ ਭਾਅ ਜੀ ਕਿਵੇਂ ਦਾ ਲੱਗਿਆ ਇਹ ਤਾਂ ਹੁਣ ਖੋਲਣ ਦਾ ਪਤਾ ਲੱਗਣਾ ਸੇਲ ਮੈਨ ਦਾ ਬੋਲਿਆ ਹੈਗਾ ਨਹੀਂ ਵਧੀਆ ਬਹੁਤ ਬਹੁਤ ਵਧੀਆ ਮੈਂ ਪਹਿਲਾਂ ਯੂਜ਼ ਕੀਤਾ ਬਹੁਤ ਵਧੀਆ ਹੈ ਕੋਸਟਲੀ ਹੈ ਪਰ ਕੋਈ ਚੱਕਰ ਨਹੀਂ ਵਧੀਆ ਹੈ ਇਹ ਚੀਜ਼ ਬਾਕੀ ਇੱਥੇ ਨਾ ਇੱਕ ਚੀਜ਼ ਹੋਰ ਆ ਜਿੰਨੇ ਤੁਸੀਂ ਰਸਤੇ 'ਚ ਗੱਡੀਆਂ ਦੇਖੋਗੇ ਤਕਰੀਬਨ ਇਹ 99% ਗੱਡੀਆਂ ਸਿੱਧਾ ਪੈਟਰੋਲ ਨੇ ਅੱਛਾ ਜੀ 99% ਗੱਡੀਆਂ ਪੈਟਰੋਲ ਨੇ 1% ਗੱਡੀ ਡੀਜ਼ਲ ਹੈ ਡੀਜ਼ਲ ਸਸਤੀ ਪੈਂਦੀ ਹੈ ਪਰ ਇੱਥੇ ਲੋਕ ਫਿਰ ਵੀ ਨਹੀਂ ਲੈਂਦੇ ਉਹ ਕਿਉਂ ਇੱਕ ਤਾਂ ਉਹਦੀ ਰਿਪੇਅਰ ਦਾ ਖਰਚਾ ਹੈ ਚਲੋ ਰਿਪੇਅਰ ਨੂੰ ਵੀ ਛੱਡੋ ਇੱਥੇ ਹੋਰ ਸਿਆਪਾ ਹੈ ਡੀਜ਼ਲ ਗੱਡੀ ਲਵਾਂਗੇ ਆ ਵਿੱਚ ਆਊਗਾ ਹਾਂਜੀ ਨਹੀਂ ਆਉਂਦਾ ਚਲੋ ਜੀ ਡੀਜ਼ਲ ਗੱਡੀ ਲਵਾਂਗੇ ਨਾ ਤਾਂ ਉਹਦੇ 'ਤੇ ਆਪਾਂ ਨੂੰ ਸਰਕਾਰ ਤੋਂ ਕਿਲੋਮੀਟਰ ਬਾਏ ਕਰਨੇ ਪੈਣੇ ਹੈ ਇਹ ਨਹੀਂ ਹੈ ਵੀ ਆਪਾਂ ਡੀਜ਼ਲ 'ਤੇ ਪਵਾਇਆ ਅਤੇ ਗੱਡੀ ਖਿੱਚਦੀ ਨਾ ਓਕੇ ਡੀਜ਼ਲ ਗੱਡੀ ਲਓ ਸਰਕਾਰ ਤੋਂ $70 ਦਾ 1000 ਕਿਲੋਮੀਟਰ ਖਰੀਦੋ 1000 ਕਿਲੋਮੀਟਰ ਗੱਡੀ ਚਲਾਓ ਉਸ ਤੋਂ ਬਾਅਦ ਕਿਲੋਮੀਟਰ ਖਤਮ ਹੋ ਗਏ ਦੁਬਾਰੇ ਫਿਰ ਖਰੀਦੋ ਇਹ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਸੀ ਇਹ ਇੱਥੇ ਚਾਹੇ ਟਰੱਕ ਹੈ ਚਾਹੇ ਬੱਸ ਹੈ ਚਾਹੇ ਕੁਛ ਹੈ ਹਾਂਜੀ ਇੱਥੇ ਆਪਾਂ ਨੂੰ ਕਿਲੋਮੀਟਰ ਖਰੀਦਣੇ ਪੈਂਦੇ ਆ ਕਾਰਾਂ ਦੇ $7 ਹੈ ਠੀਕ ਹੈ ਜੀ ਤੇ ਟਰੱਕਾਂ ਦੇ ਜ਼ਿਆਦਾ ਆ ਉਸ ਹਿਸਾਬ ਤੇ ਹਰ ਦਾ ਅੱਡ ਅੱਡ ਰੱਖਿਆ ਇਹਨਾਂ ਦਾ ਰੇਟ ਰੱਖਿਆ ਹੈ ਠੀਕ ਹੈ ਜੀ ਤੇ ਤਾਂ ਕਰਕੇ ਇੱਥੇ ਲੋਕ ਖੱਜਲ ਖੁਆਰੀ ਦਾ ਕਹਿੰਦਾ ਡੀਜ਼ਲ ਦੇ ਕਿਲੋਮੀਟਰ ਖਰੀਦਾਂਗੇ ਕਿਤੇ ਭੁੱਲ ਗਏ ਚਲਾਣ ਹੋਊ ਵੱਡਾ ਪੰਗੇ ਨਾਲੋਂ ਅਗਲਾ ਹਰੇਕ ਪੈਟਰੋਲ ਲੈ ਲੈਂਦਾ ਪੈਟਰੋਲ ਕੋਸਟਲੀ ਹੈ ਪਰ ਲੇਕਿਨ ਇੱਥੇ ਹੁਣ ਪੈਟਰੋਲ ਗੱਡੀ ਤੋਂ ਬਿਨਾਂ ਵੀ ਹਾਈਬ੍ਰਿਡ ਗੱਡੀਆਂ ਬਹੁਤ ਹਰੇਕ ਮਾਡਲ ਦੇ ਹਾਈਬ੍ਰਿਡ ਗੱਡੀ ਆ ਰਹੀਆਂ ਨੇ ਮੋਸਟਲੀ ਪ੍ਰੈਫਰ ਹੋ ਰਿਹਾ ਹਾਈਬ੍ਰਿਡ ਹਾਈਬ੍ਰਿਡ ਟੈਸਲਾ ਤਾਂ ਇੱਥੇ ਟੈਕਸੀ ਚੱਲਦੀ ਹੈ ਟੈਸਲਾ ਆਮ ਹੈ ਚੀਜ਼ ਇੱਥੇ ਟੈਸਲਾ ਮੈਂ ਬਹੁਤ ਜ਼ਿਆਦਾ ਦੇਖਿਆ ਟੈਸਲਾ ਤਾਂ ਇੱਥੇ ਨੋਰਮਲ ਗੱਡੀ ਆ ਉਹਨੂੰ ਮਤਲਬ ਲੋਕ ਨਹੀਂ ਪਸੰਦ ਇੱਕ ਤਰ੍ਹਾਂ ਪਸੰਦ ਵੀ ਨਹੀਂ ਕਰਦੇ ਹੋਰ ਤਕੜੀਆਂ ਗੱਡੀਆਂ ਬਹੁਤ ਨੇ ਅੱਛਾ ਜੀ ਤੇ ਨੋਰਮਲੀ ਆ ਜਿਵੇਂ ਆਪਣੇ ਅੱਗੇ ਜਾ ਰਹੀ ਗੱਡੀ ਸਾਡੇ ਅੱਗੇ ਗੱਡੀ ਲੰਘੀ ਹੈ ਉਹ ਵੀ ਹਾਈਬ੍ਰਿਡ ਗੱਡੀ ਹੈ ਹੁਣ ਜਿੰਨੀਆਂ ਗੱਡੀਆਂ ਆ ਰਹੀਆਂ ਤਕਰੀਬਨ ਸਾਰੀ ਹਾਈਬ੍ਰਿਡ ਨੇ ਗੱਡੀਆਂ ਦੀ ਕੀਮਤ ਵੀ ਘੱਟ ਹੀ ਹੈ ਇੱਥੇ ਕੋਈ ਜ਼ਿਆਦਾ ਆਪਣੇ ਟੈਕਸ ਕਰਕੇ ਬਹੁਤ ਜ਼ਿਆਦਾ ਰੇਟ ਹੁੰਦਾ
ਇੱਥੇ ਕੀਮਤ ਵੀ ਨੋਰਮਲ ਠੀਕ ਹੀ ਹੈ ਕੀਮਤ ਗੱਡੀਆਂ ਦੀ, ਪਰ ਜਿਵੇਂ ਆਮ ਵੱਡੇ ਹੈਵੀ ਵਹੀਕਲ ਨੇ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ, ਕਿਉਂਕਿ ਉਹ ਬਾਹਰੋਂ ਇੰਪੋਰਟ ਕਰਾਉਣੇ ਪੈਂਦੇ ਉਹਨਾਂ ਨੂੰ, ਬਾਹਰੋਂ ਆਉਣੇ ਬਸ ਜਪਾਨ ਚੋਂ, ਅਮੈਰੀਕਾ ਚੋਂ, ਯੂਰਪ ਚੋਂ ਲਿਆਉਂਦੇ ਆ ਉਹ, ਉਹਦੇ ਕਰਕੇ ਉਹਦੀ ਕੋਸਟ ਜ਼ਿਆਦਾ ਪੈਂਦੀ ਹੈ। ਅਤੇ ਗੱਡੀਆਂ ਦਾ ਇੱਥੇ ਬਹੁਤ ਜ਼ਿਆਦਾ ਤਰ੍ਹਾਂ ਦੀਆਂ, ਜਿੰਨੇ ਮਾਡਲ ਇੱਥੇ ਨੇ ਨਾ ਗੱਡੀਆਂ ਦੇ ਉਹਨੇ ਮੈਂ ਤਾਂ ਇੰਡੀਆ 'ਚ ਨਹੀਂ ਦੇਖੇ ਮਾਡਲ। i10, i20 ਦੇਖੀ ਹੈ, i30 ਦੇਖੀ, i30 ਦੇਖ ਲਈ ਇੱਥੇ, ਹਾਂਜੀ ਆਪਣੇ ਨਹੀਂ, ਆਪਣੇ ਨਹੀਂ ਇੱਥੇ ਹੈਗੀ, ਮੈਂ ਦੇਖੀ ਹੈ। ਇੱਥੇ ਤਾਂ ਮਾਡਲ ਹੋਏ ਹੋਏ ਸਪੀਡ 60 ਤੋਂ ਉੱਪਰ ਗਈ ਹੈ। ਤੁਸੀਂ ਪਰਚੀ ਨਾ ਲੈ ਲਿਓ, ਪਹਿਲਾਂ ਹੀ ਪੈਸੇ ਬੋਲ ਲਾਤੇ ਇੱਥੇ ਬਈ, ਟੋਕਨ ਫੜਾ ਦਿੰਦੇ ਨਾਲ ਦੀ ਨਾਲ ਹੀ, ਪਿੱਛੇ ਆ ਜਾਣਾ ਪੁਲਿਸ ਵਾਲਿਆਂ ਨੇ, ਜੇ 60 ਤੇ ਲਾਤੀ ਨਾਲ ਹੀ ਟੋਕਨ ਦੇ ਜਾਣਾ ਭਾਈ ਨੂੰ। ਤੇ ਟੋਕਨ ਵਿੱਚ ਵੀ ਇੱਕ ਪੰਗਾ ਹੋ ਰਿਹਾ ਨਾ, ਜਿਹੜਾ ਲਾਇਸੈਂਸ ਆ ਉਹਦੇ 110 ਪਰਚੀ ਲਏ ਤੋਂ ਤਾਂ ਤੁਹਾਡੇ 35 ਪੁਆਇੰਟ ਪੂਰੇ ਹੋਣੇ ਹੈ। ਬਿਲਕੁਲ ਸਹੀ ਹੈ, ਇੱਥੇ ਜੇ ਆਪਣੇ ਨੂੰ 60-70 ਦੀ ਗੱਡੀ ਭਜਾ ਲਓ 2-3 ਦਿਨਾਂ ਵਿੱਚ ਬੰਦਾ ਕੱਦੂ ਕਰਾਂ ਕੇ ਬਹਿ ਜਾਂਦਾ। ਬਿਲਕੁਲ ਬਈ, ਬਿਲਕੁਲ ਬਹੁਤ ਸੇਫ ਨਾਲ, ਸੇਫਟੀ ਨਾਲ ਜਾਣਾ ਪੈਂਦਾ ਤੇ ਬਹੁਤ ਧਿਆਨ ਨਾਲ ਜਾਣਾ ਪੈਂਦਾ। ਤੇ ਹੁਣ ਭਾਜੀ ਕੀ ਪਲਾਨ ਹੁਣ ਆਪਾਂ ਘਰ ਨੂੰ ਚੱਲੀਏ ਕਿਤੇ ਹੋਰ ਜਾਣਾ? ਘਰ ਨੂੰ ਤਾਂ ਘਰੇ ਤਾਂ ਰੋਜ਼ ਹੀ ਜਾਂਦੇ ਆ, ਅੱਜ ਮੈਂ ਵੀ ਸੁੱਖ ਨਾਲ ਛੁੱਟੀ ਲੈ ਲਈ ਆਪਣੇ ਕੰਮ ਤੋਂ, ਅੱਜ ਮੈਂ ਥੋੜਾ ਜਲਦੀ ਆ ਗਿਆ ਸੀਗਾ, ਜਾਣਾ ਲੇਟ ਆ, ਚਲੋ 2-4 ਘੰਟੇ ਟਾਈਮ ਹੈਗਾ। ਹੁਣ ਆਪਾਂ ਬੇਬੀ ਵਾਲੇ ਪਾਸੇ ਚੱਲੀਏ ਨਾ, ਉੱਧਰ ਹੀ ਥੋੜਾ ਜਿਹਾ। ਚਲੋ ਠੀਕ ਹੈ, ਚਲੋ ਉੱਧਰ ਚਲੋ, ਦੇਖਦੇ ਆਪਾਂ ਜੇ ਕਿਤੇ ਵਧੀਆ ਜਗ੍ਹਾ ਜਾਂਦੇ ਆ ਤੁਹਾਨੂੰ ਦਿਖਾਉਂਦੇ ਆ, ਤੇ ਨਹੀਂ ਤਾਂ ਇਹ ਸਾਡੀ ਫਿਰ ਲਾਸਟ ਵੀਡੀਓ ਹੋਊਗੀ। ਠੀਕ ਹੈ ਜੀ, ਤੁਸੀਂ ਇੰਜੋਏ ਕਰਿਓ ਤੇ ਗਾਂ ਸਾਡੀ ਵੀਡੀਓਜ਼ ਦੇਖਣ ਵਾਸਤੇ ਪੇਜ ਜ਼ਰੂਰ ਲਾਈਕ ਕਰ ਲਿਓ। ਭਾਜੀ ਵਾਲਾ ਪੇਜ ਆ 2% ਵਾਲੇ, ਤੇ ਅਗਲਾ ਕੋਸ਼ਿਸ਼ ਕਰਾਂਗੇ ਵਲੌਗ ਬਣਾਵਾਂਗੇ ਭਾਜੀ ਦਾ ਟਰੈਕਿੰਗ ਦਾ, ਕਿ ਭਾਜੀ ਟਰੱਕ ਐਂਡ ਟ੍ਰੇਲਰ ਚਲਾਉਂਦੇ ਆ, ਕਲਾਸ 5 ਦਾ ਲਾਇਸੈਂਸ ਆ ਭਾਜੀ ਕੋਲ, ਬਹੁਤ ਵੱਡਾ ਐਕਸਪੀਰੀਅੰਸ ਹੈ। ਤੇ ਕੋਸ਼ਿਸ਼ ਕਰਾਂਗੇ ਭਾਜੀ ਦੀ ਪੂਰੀ ਉਹ ਗੱਲਬਾਤ ਦਿਖਾਈਏ ਟਰੱਕ ਐਂਡ ਟ੍ਰੇਲਰ ਵਾਲੀ ਸਾਰੀ, ਨਾਲੇ ਤੁਹਾਨੂੰ ਪੂਰੀ ਗਾਈਡੈਂਸ ਹੈ। ਮੈਂ ਪਹਿਲਾਂ ਮੇਰੇ ਚੈਨਲ ਦੇ ਵੀਡੀਓ ਪਹਿਲਾਂ ਲੋਕਾਂ ਨੂੰ ਆਈਆਂ ਨੇ, ਤੁਹਾਨੂੰ ਵੀਰਾਂ ਨੂੰ, ਪਹਿਲਾਂ ਮੈਂ ਇੰਨਾ ਜ਼ਿਆਦਾ ਬਿਜ਼ੀ ਸੀਗਾ ਕਿ ਮੈਨੂੰ ਟਾਈਮ ਨਹੀਂ ਲੱਗਿਆ ਹੈਗਾ ਵੀਡੀਓ ਬਣਾਉਣ ਦਾ। ਹਾਂ, ਕਿਉਂਕਿ ਸਵੇਰੇ ਮੇਰੀ ਨਾਈਟ ਡਿਊਟੀ ਹੁੰਦੀ ਹੈ, ਰਾਤ ਨੂੰ ਜਾਣਾ, ਸਵੇਰੇ ਆ ਕੇ ਸੌ ਜਾਣਾ, ਅਤੇ ਫਿਰ ਆਪਣੀ ਨੀਂਦ ਪੂਰੀ ਕਰਨੀ ਹੁੰਦੀ ਹੈ। ਉਹ ਨਹੀਂ ਹੈਗਾ ਵੀ ਆਪਾਂ ਉੱਠੇ ਅਤੇ ਤੁਰ ਪਏ, ਨਹੀਂ, ਪੂਰੀ ਨੀਂਦ, ਪੂਰੀ ਪ੍ਰੋਪਰ ਨੀਂਦ ਕਰਕੇ ਫਿਰ ਆਪਾਂ ਜਾਣਾ ਹੁੰਦਾ, ਅਤੇ ਕਿਉਂਕਿ ਰਾਤ ਦਾ ਸਫ਼ਰ ਹੈਗਾ, ਪੂਰੀ ਸੇਫਟੀ ਨਾਲ ਜਾਣਾ ਹੁੰਦਾ। ਕੋਸ਼ਿਸ਼ ਕਰਾਂਗਾ ਕਿਸ ਦਿਨ ਮੈਂ ਭਾਈ ਦੇ ਨਾਲ ਜਾਵਾਂ ਟਰੱਕ 'ਤੇ, ਅਤੇ ਉੱਦਣ ਆਪਾਂ ਪੂਰਾ ਵਲੌਗ ਤੁਹਾਨੂੰ ਟਰੱਕ ਐਂਡ ਟ੍ਰੇਲਰ ਵਾਲਾ ਪੂਰਾ ਦਿਖਾਵਾਂਗੇ। ਠੀਕ ਹੈ ਜੀ, ਥੈਂਕ ਯੂ ਸੋ ਮੱਚ, ਓਕੇ ਜੀ, ਲਵ ਯੂ ਜੀ, ਬਾਏ ਬਾਏ, ਟੇਕ ਕੇਅਰ।